पंजाब चो गन कल्चर नू खत्म करन दे लई मान सरकार दे वल्लों वड्डा फैसला लैंदे होए गन लाइसेंस रिव्यू करन दे हुकम लगा दित्ते गए ने। इस फैसले तो बाद सिद्धू मूसेवाला दे पिता दा प्रतिक्रम सामने आया। हालांकि उन्हें इस फैसले दा स्वागत कीता पर मान सरकार नू तिखे सवाल भी कीते ने। सूबे चो गन कल्चर खत्म करन दे लई पंजाब दी मान सरकार ने सख्ती करदियां नोटिफिकेशन जारी कीता है, जिस तहत आउण वाले 3 महीनियां दरमियान कोई नवा गन लाइसेंस इशू नहीं कीता जावेगा अते नाल ही ओ तमाम गन लाइसेंस रिव्यू होणगे जो हुण तक इशू कीते गए ने, यानी बहुतियां दे लाइसेंस रद्द होणगे। इस फैसले तो बाद सिद्धू मूसेवाला दे पिता बलकौर सिंह दा प्रतिक्रम सामने आया। मूसेवाला दे पिता बलकौर सिंह ने पंजाब सरकार दे इस फैसले दा स्वागत कीता है पर नाल ही सरकार नू ताड़ना भी कीती है अते नाल ही सवाल कीता कि सरकार उन्हां कलाकारां खिलाफ कारवाई करेगी जो गैंगस्टरां दे नाल मुलाकात करदे ने अते उन्हां दे लई अखाड़े लगाउंदे ने। इस तो बिना उन्हां इह वी कहा कि अपनी सुरक्षा दे लाइसेंसी हथियार रखना कोई माड़ी गल नहीं है, जेकर सरकार इस नू वापस लेना चाहुंदी है तो ओ तैयार ने, पर सरकार पहला ओहो जिहा सुरक्षित माहौल देवे। ਕੋਈ ਮੈਂ ਚੰਗੀ ਗੱਲ ਹੈ ਤਾਂ ਸਵਾਗਤ ਕਰਾਂਗੇ ਜੇ ਸਖਤਾਈ ਕਰਦੇ ਨੇ, ਪਰ ਇਹ ਸਖਤਾਈ ਦੇ ਨਾਲ ਜਿਹੜੇ ਰਿਜ਼ਲਟ ਉਹ ਚਾਹੁੰਦੇ ਨੇ ਉਹ ਨਹੀਂ ਮਿਲਣੇ, ਕਿਉਂਕਿ ਇਕੱਲਾ ਗੀਤ ਗਾ ਦੇਣਾ ਨਹੀਂ, ਮੈਂ ਤਾਂ ਇੱਥੇ ਕਲਾਕਾਰ ਉਹਨਾਂ ਨੂੰ ਜਾਣਦਾ ਜਿਨ੍ਹਾਂ ਨੇ ਲਾਰੈਂਸ ਨੂੰ ਆਪਦਾ ਭਰਾ ਕਿਹਾ, ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚ ਖਾੜਾ ਲਾ ਕੇ ਆਏ ਨੇ ਔਰ ਇਹਨਾਂ ਨੇ ਸਪੌਂਸਰ ਕੀਤੇ। ਮੈਨੂੰ ਦੱਸੋ ਵੀ ਉਹ ਜੇਲ੍ਹ ਮੰਤਰੀ ਸੀਗੇ ਔਰ ਉਹਨਾਂ ਨੇ ਇਹ ਗੱਲ ਕਹੀ ਵੀ ਜਿਹੜਾ ਸ਼ੋਅ ਬਹੁਤ ਲਾਉਂਦੇ ਆ, ਜਿਹੜਾ ਸਵਾਦ ਅੱਜ ਆਇਆ ਨਾ ਸ਼ੋਅ ਲਾ ਕੇ ਉਹ ਕਦੇ ਨਹੀਂ ਆਇਆ। ਕੀ ਹੈ ਇਹੋ ਜਿਹੇ ਕਲਾਕਾਰਾਂ ਦੀ ਪਹਿਚਾਣ ਕਰੂਗੀ ਸਰਕਾਰ? ਔਰ ਮੈਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦਾ ਇੱਕ, ਔਰ ਮੈਂ ਤੁਹਾਨੂੰ ਚੈਟ ਦਊਂਗਾ ਜਿਹਦੇ ਵਿੱਚ ਕਲਾਕਾਰ ਚੈਟ ਕਰ ਰਿਹਾ, ਮੈਂ ਲਾਰੈਂਸ ਦੇ ਬੰਦਿਆਂ ਨੂੰ ਮਿਲ ਕੇ ਆ ਰਿਹਾ ਫਲਾਣੀ ਜਗ੍ਹਾ ਤੋਂ, ਕੀ ਫੜੋਗੇ ਉਹਨਾਂ ਨੂੰ ਤਾਂ ਮੈਂ ਸਵਾਗਤ ਕਰੂੰਗਾ। ਲਾਈਸੈਂਸ ਹੀ ਅਸਲੇ ਤਾਂ ਤੁਸੀਂ ਖੈਰ ਉਹਦਾ ਨੁਮਾਇਸ਼ ਕਰਨੀ ਮਾੜੀ ਹੈ ਕਿਸੇ ਗੱਲ ਦੇ ਉੱਤੇ, ਪਰ ਜੇ ਉਹਨੂੰ ਆਪਣੀ ਸੇਫਟੀ ਲਈ ਰੱਖਿਆ ਤਾਂ ਮੈਨੂੰ ਤਾਂ ਲੱਗਦਾ ਕੋਈ ਨੁਕਸਾਨ ਵਾਲੀ ਗੱਲ ਨਹੀਂ। ਅਸੀਂ ਤਾਂ ਅਸਲਾ ਰੱਖ ਕੇ ਨਹੀਂ ਰਾਜੀ, ਲਾਇਸੈਂਸ ਵਾਲੇ ਵੀ ਜਮ੍ਹਾਂ ਕਰਾਇਆ ਵਾਂਗੇ, ਸਾਨੂੰ ਮਾਹੌਲ ਦੇ ਦਿਓ ਇਹੋ ਜਿਹਾ। ਮੂਸੇਵਾਲਾ ਦੇ ਪਿਤਾ ਚੈਟ ਨੂੰ ਆਧਾਰ ਬਣਾ ਕੇ ਕਲਾਕਾਰਾਂ ਤੇ ਸਵਾਲ ਖੜੇ ਕਰ ਰਹੇ ਨੇ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੀ ਮਾਨ ਸਰਕਾਰ ਮੂਸੇਵਾਲਾ ਦੇ ਪਿਤਾ ਦੀ ਦਲੀਲ ਨੂੰ ਕਿੰਨੀ ਸੰਜੀਦਗੀ ਦੇ ਨਾਲ ਲੈਂਦੀ ਹੈ।